ਖੰਨਾ ਪੁਲਿਸ ਨੇ ਇੱਕ ਨਾਈਜੀਰੀਅਨ ਨਾਗਰਿਕ ਨੂੰ 1 ਕਿਲੋ 700 ਗ੍ਰਾਮ ਹੈਰੋਇਨ ਦੇ ਨਾਲ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਇਸ ਗੱਲ ਦਾ ਖੁਲਾਸਾ ਖੰਨਾ ਦੇ SSP ਧਰੂਵਦਾਹੀ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕੀਤਾ। SSP ਨੇ ਦੱਸਿਆ ਕਿ ਪੁਲਿਸ ਟੀਮ ਨੇ ਇੱਕ ਨਾਕਾਬੰਦੀ ਦੇ ਦੌਰਾਨ ਵਿਅਕਤੀ ਨੂੰ ਰੋਕ ਕਰ ਉਸ ਦੀ ਤਲਾਸ਼ੀ ਲੈਣ ਉੱਤੇ ਉਸ ਕੋਲ 1 ਕਿਲੋ 700 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਕਥਿਤ ਆਰੋਪੀ ਦੀ ਪਹਿਚਾਣ ਉਕਬੋ ਨਾਇਆ ਚੁਕਬੁੱਦੀ, ਜੋ ਕਿ ਨਾਈਜੀਰੀਅਨ ਦੇਸ਼ ਦਾ ਨਿਵਾਸੀ ਹੈ ਅਤੇ ਹੁਣ ਦਿੱਲੀ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਰਹਿੰਦਾ ਸੀ। SSP ਨੇ ਦੱਸਿਆ ਕਿ ਆਰੋਪੀ ਦਾ ਵੀਜ਼ਾ ਵੀ ਖਤਮ ਹੋ ਚੁੱਕਿਆ ਸੀ। ਆਰੋਪੀ ਤੋਂ ਹੋਰ ਪੁੱਛਗਿੱਛ ਦੇ ਦੌਰਾਨ ਪਤਾ ਚੱਲਿਆ ਕਿ ਉਹ ਦਿੱਲੀ ਤੋਂ ਹੈਰੋਇਨ ਲਿਆਂਦਾ ਸੀ ਅਤੇ ਕਥਿਤ ਦੋਸ਼ੀ ਨੇ ਇਹ ਸਪਲਾਈ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਲੰਧਰ ਦੇ ਏਰੀਆ ਵਿੱਚ ਸਪਲਾਈ ਕਰਦਾ ਸੀ। ਕਥਿਤ ਦੋਸ਼ੀ ਦਾ ਭਰਾ ਉਸ ਨੂੰ ਮੋਬਾਈਲ ਉੱਤੇ ਕਮਾਨ ਦਿੰਦਾ ਸੀ। ਪੁਲਿਸ ਛਾਪੇਮਾਰੀ ਕਰ ਰਹੀ ਹੈ ਅਤੇ ਉਸ ਦੇ ਭਰਾ ਨੂੰ ਵੀ ਗ੍ਰਿਫਤਾਰ ਕਰ ਲਿੱਤਾ ਜਾਵੇਗਾ। ਕਥਿਤ ਦੋਸ਼ੀ ਉੱਤੇ ਮਾਮਲਾ ਦਰਜ ਕਰ ਰਿਮਾਂਡ ਹਾਸਲ ਕਰ ਲਿੱਤਾ ਗਿਆ, ਜਿਸ ਤੋਂ ਅੱਗੇ ਹੋਰ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਕੱਲ੍ਹ ਰਾਤ ਤੋਂ ਜਿਹੜੀ ਆਪਣੀ ਸਪੈਸ਼ਲ ਚੈਕਿੰਗ ਹੋ ਰਹੀ ਹੁੰਦੀ ਹੈ, ਸਪੈਸ਼ਲ ਚੈਕਿੰਗ ਦੌਰਾਨ ਆਪਣੇ ਕ੍ਰਿਸਟੀਅਨ ਮੌਲ ਸਿਟੀ ਰੋਡ ਦੇ ਨਾਕੇ 'ਤੇ ਆਪਣੇ ਸਬ ਇੰਸਪੈਕਟਰ ਲਾਭ ਸਿੰਘ ਦੀ ਪਾਰਟੀ ਨੇ ਇੱਕ ਬੰਦੇ ਨੂੰ ਜਿਹੜਾ ਅਸੀਂ ਫੜਿਆ ਹੈਗਾ, ਜਿਸ ਨੇ ਆਪਣਾ ਨਾਮ ਦੱਸਿਆ ਉਕਬੋ ਨਾਇਆ ਇਮੈਨੁਅਲ, ਜਿਨ੍ਹਾਂ ਦੀ ਚੈਕਿੰਗ ਤੋਂ 1 ਕਿਲੋ 700 ਗ੍ਰਾਮ ਹੀਰੋਇਨ ਜਿਹੜੀ ਇਹ ਰਿਕਵਰ ਕੀਤੀ ਗਈ ਹੈ। ਉਹਨਾਂ ਨੇ ਆਪਣੇ ਕਾਲਾ ਜਿਹੜਾ ਸਕੂਲ ਬੈਗ ਹੁੰਦਾ ਉਹਦੇ ਵਿੱਚ ਉਹ ਪਾਈ ਸੀ। ਬੈਗ ਦੇ ਵਿੱਚ ਕੁਝ ਸ਼ਰਟਸ ਔਰ ਵੀ ਸਮਾਨ ਹੈਗਾ, ਉਹ ਵੀ ਰਿਕਵਰ ਹੋਇਆ। ਤਾਂ ਜਿਹੜੀ 1 ਕਿਲੋ 700 ਗ੍ਰਾਮ ਹੀਰੋਇਨ ਹੈ, ਬੇਸਿਕਲੀ ਛੋਟੇ ਛੋਟੇ ਪੈਕਟਸ ਦੇ ਵਿੱਚ ਪੈਕ ਕਰਕੇ ਰੱਖੀ ਹੋਈ ਸੀਗੀ। ਅਤੇ ਬਾਕੀ ਪੁੱਛਗਿੱਛ ਤੋਂ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਇਹ ਨਾਈਜੀਰੀਆ ਨੈਸ਼ਨਲ ਹੈ, ਇਸ ਵੇਲੇ ਇੰਡੀਆ ਦੇ ਵਿੱਚ ਐਕਸਪਾਇਰਡ ਵੀਜ਼ਾ 'ਤੇ ਰਹਿ ਰਿਹਾ ਹੈ, ਔਰ ਉਸ ਤੋਂ ਇਲਾਵਾ ਇਹ ਦੁਆਰਕਾ ਦਾ ਕਰੰਟਲੀ ਰੈਸੀਡੈਂਟ ਹੈ ਇੰਡੀਆ ਦੇ ਵਿੱਚ, ਔਰ ਦੁਆਰਕਾ ਤੋਂ ਇਹ ਆਪਣਾ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਏਰੀਆ ਦੇ ਵਿੱਚ ਇਹ ਜਾ ਰਿਹਾ ਸੀਗਾ, ਜਿਹੜੀ ਪੁੱਛਗਿੱਛ ਤੋਂ ਇਸਨੇ ਆਪ ਗੱਲ ਦੱਸੀ ਹੈ। ਉਸ ਤੋਂ ਇਲਾਵਾ ਇਸਦਾ ਇੰਟਰਨੈਸ਼ਨਲ ਡਰਾਈਵਿੰਗ ਲਾਇਸੈਂਸ ਔਰ ਬਾਕੀ ਵੀ ਜਿਹੜਾ ਵੀ ਸਮਾਨ ਹੈ ਉਹ ਸਾਰਾ ਪੁਲਿਸ ਨੇ ਆਪਣੀ ਕਸਟਡੀ 'ਚ ਲਿੱਤਾ ਹੈ। ਇਸਦੇ ਮੋਬਾਈਲ ਫੋਨ ਜਿਹੜੇ ਹੈਗੇ, ਉਸ ਤੋਂ ਇਹ ਵੀ ਗੱਲ ਸਾਹਮਣੇ ਆਈ ਹੈ, ਜਿਹੜੇ ਮੋਬਾਈਲ ਫੋਨ ਦੇ ਵਟਸਐਪ ਹੁੰਦੀ ਹੈ, ਵਟਸਐਪ ਚੈਟਿੰਗ, ਵਟਸਐਪ ਚੈਟਿੰਗ ਤੋਂ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਇਸ ਦੇ ਨਾਲ ਨਾਲ ਜਿਹੜਾ ਇਸਦਾ ਬ੍ਰਦਰ ਹੈ ਉਹ ਵੀ ਦਿੱਲੀ ਦੇ ਵਿੱਚ ਰਹਿੰਦਾ ਹੈ, ਜਿਸ ਦਾ ਨਾਮ ਅਬੂਚੀ ਹੈ। ਉਹ ਵੀ ਬੇਸਿਕਲੀ ਇਸ ਡੀਲ ਨੂੰ ਫੈਸਿਲੀਟੇਟ ਕਰਵਾ ਰਿਹਾ ਸੀਗਾ, ਔਰ ਇਹ ਆਪਣੀ ਪੂਰੀ ਜਰਨੀ ਦੇ ਦੌਰਾਨ ਆਪਣੇ ਬ੍ਰਦਰ ਦੇ ਨਾਲ ਕੰਟੈਕਟ 'ਚ ਸੀਗਾ, ਔਰ ਇਸਨੇ ਅੱਗੇ ਜਾ ਕਰਕੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਏਰੀਆ ਦੇ ਵਿੱਚ ਇਸ ਸਮਾਨ ਨੂੰ ਅੱਗੇ ਸਪਲਾਈ ਕਰਨਾ ਸੀ, ਔਰ ਜਿਸ ਦੀ ਜਿਹੜੀ ਡੀਲ ਹੈ ਉਹ ਫੈਸਿਲੀਟੇਟ ਕਰਵਾਉਣੀ ਸੀਗੀ ਇਸਦੇ ਬ੍ਰਦਰ ਨੇ। ਤਾਂ ਇਸ ਕਰਕੇ ਪੁਲਿਸ ਨੇ ਅੰਡਰ NDPS ਐਕਟ ਰੈਲੇਵੈਂਟ ਸੈਕਸ਼ਨ FIR ਦਰਜ ਕੀਤੀ ਹੈ City 2 ਪੁਲਿਸ ਸਟੇਸ਼ਨ ਖੰਨਾ ਨੇ, ਔਰ ਇਹਦੇ ਵਿੱਚ ਉਕਬੋ ਨਾਇਆ ਇਮੈਨੁਅਲ, ਇਹਨਾਂ ਤੋਂ ਇਲਾਵਾ ਜਿਹੜੇ ਇਹਨਾਂ ਦੇ ਬ੍ਰਦਰ ਹੈ ਉਹਨਾਂ ਨੂੰ ਵੀ ਬੁੱਕ ਕੀਤਾ ਗਿਆ ਹੈ, ਔਰ ਪੁਲਿਸ ਜਲਦੀ ਤੋਂ ਜਲਦੀ ਜਿਹੜਾ ਇਹਨਾਂ ਦਾ ਬ੍ਰਦਰ ਹੈਗਾ ਉਹਨਾਂ ਨੂੰ ਵੀ ਫੜੂਗੀ। ਇਹ ਦੋਨੋਂ ਇਸ ਵੇਲੇ ਦੁਆਰਕਾ 'ਚ ਰਹਿ ਰਹੇ ਹਨ, ਬਟ ਐਸ ਸੱਚ ਨਾਈਜੀਰੀਅਨ ਨੈਸ਼ਨਲਸ ਹੈ। ਖੰਨਾ ਤੋਂ ਚਰਨ ਸਿੰਘ ਪੱਟੀ, GVA ਪੰਜਾਬ TV।